ਕੋਰੋਨਾ ਵਾਇਰਸ ਨੂੰ ਲੈ ਕੇ ਲੱਗੇ ਕਰਫਿਊ ਦੌਰਾਨ ਪਟਿਆਲਾ ਦੀ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਰਹਿਣ ਵਾਲੇ ਮਜ਼ਦੂਰਾਂ ਦਿਹਾੜੀਦਾਰਾਂ ਅਤੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਕਿਹਾ ਕਿ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਇਹ ਉਪਰਾਲਾ ਜਾਰੀ ਰੱਖਿਆ ਜਾਵੇਗਾ। ਸੰਸਥਾ ਵੱਲੋਂ ਅੱਜ ਓਲਡ ਵਿਸ਼ਨ ਨਗਰ ਦੇ ਵਿੱਚ 30 ਫੈਮਲੀਆਂ ਦੇ ਰਹੇ ਹਾਂ, ਅਸੀਂ ਟੋਟਲ 150 ਫੈਮਲੀਆਂ ਨੂੰ ਰਾਸ਼ਨ ਦੇ ਰਹੇ ਹਾਂ। ਅਰਬਨ ਸਟੇਟ ਰੋਇਲ ਫੇਜ਼ 1 ਦੇ ਵਿੱਚ ਉੱਥੇ 80-85 ਫੈਮਲੀਆਂ ਨੂੰ ਦੇ ਰਹੇ ਹਾਂ, ਫਿਰ ਅਸੀਂ ਬਡੂੰਗਰ 25-30 ਫੈਮਲੀਆਂ ਨੂੰ ਦੇ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਵੀ 100-150 ਫੈਮਲੀਆਂ ਨੂੰ ਅਲੱਗ ਅਲੱਗ ਏਰੀਏ ਦੇ ਵਿੱਚ ਅਸੀਂ ਜਾਨੀ ਸੰਮਤੀ ਔਰ ਹਰਥ ਕਲਮ ਦੇ ਨਾਲ ਸਾਡੇ ਹਰਥ ਕਲਮ ਵਾਲੇ ਨਾਭਾ ਰੋਡ 'ਤੇ ਜਿਹੜੇ ਬ੍ਰਿਕ ਕਿਲਨ ਹੈ 35 ਫੈਮਲੀਆਂ ਨੂੰ ਉਹ ਦੇ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਵੀ ਜਿੰਨਾ ਅਸੀਂ ਲੋਕਾਂ ਤੋਂ ਡੋਨੇਟ ਕਰ ਸਕੀਏ, ਸਾਨੂੰ ਹੁਣੇ ਹੁਣੇ ਕਿਸੇ ਨੇ ਪੈਸਾ ਡੋਨੇਟ ਕੀਤਾ ਸੀ, ਅਸੀਂ ਅੱਜ ਵੀ 150 ਫੈਮਲੀਆਂ ਨੂੰ, ਕੱਲ੍ਹ ਦਾ ਫਿਰ ਅਸੀਂ 150 ਫੈਮਲੀਆਂ ਦਾ ਟਾਰਗੇਟ ਰੱਖਿਆ। ਜਿੰਨੇ ਵੀ ਅਸੀਂ ਮੈਕਸੀਮਮ ਲੋਕਾਂ ਦੀ ਹੈਲਪ ਕਰ ਸਕੀਏ ਉਹਨਾਂ ਦੀ ਹੈਲਪ ਕਰ ਰਹੇ ਹਾਂ, ਅਤੇ ਜਿੰਨੇ ਵੀ ਦਾਨੀ ਸੱਜਣ ਉਹਨਾਂ ਨੂੰ ਰਿਕੁਐਸਟ ਕਰਦਾ ਵੀ ਸਾਡੇ ਤੁਸੀਂ ਮੈਂਬਰ ਬਣੋ, ਸਾਨੂੰ ਅਮਾਊਂਟ ਡੋਨੇਟ ਕਰੋ ਤਾਂ ਕਿ ਅਸੀਂ ਜਿਹੜੇ ਲੋਕ ਨੀਡੀ ਲੋਕ ਹੈ ਉਹਨਾਂ ਦੀ ਸੇਵਾ ਕਰ ਸਕੀਏ। ਇਸੇ ਤਰ੍ਹਾਂ ਗੜਸ਼ੰਕਰ ਦੇ ਪਿੰਡ ਪੂੜਾ ਵਿਖੇ ਵੀ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਪਿੰਡ ਵਾਸੀਆਂ, ਸਮਾਜ ਸੇਵੀਆਂ ਅਤੇ NRI ਵੀਰਾਂ ਦੇ ਸਹਿਯੋਗ ਨਾਲ ਲੰਗਰ ਤਿਆਰ ਕਰਵਾ ਕੇ ਝੁੱਗੀਆਂ ਝੌਪੜੀਆਂ 'ਚ ਰਹਿਣ ਵਾਲੇ ਲੋਕਾਂ ਅਤੇ ਹੋਰ ਲੋੜਵੰਦਾਂ ਨੂੰ ਵਰਤਾਇਆ ਜਾ ਰਿਹਾ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਲੰਗਰ ਦੀ ਥਾਂ ਹੁਣ ਸੁੱਕਾ ਰਾਸ਼ਨ ਵੰਡਣ ਦੀਆਂ ਕੀਤੀਆਂ ਹਦਾਇਤਾਂ ਤੋਂ ਬਾਅਦ ਪਿੰਡ ਵਾਸੀਆਂ ਅਤੇ ਮੋਤਵਾਰ ਦਾਨੀ ਸੱਜਣਾਂ ਵੱਲੋਂ ਸੁੱਕਾ ਰਾਸ਼ਨ ਵੰਡਣ ਦਾ ਬੀੜਾ ਚੁੱਕਿਆ ਗਿਆ ਹੈ ਅਤੇ ਗੁਰਦੁਆਰਾ ਸਾਹਿਬ ਵਿਖੇ ਸੇਵਾਦਾਰਾਂ ਵੱਲੋਂ ਸੁੱਕੇ ਰਾਸ਼ਨ ਦੇ ਪੈਕਟ ਤਿਆਰ ਕਰਵਾ ਕੇ ਲੋੜਵੰਦਾਂ ਨੂੰ ਵੰਡੇ ਗਏ। ਨਗਰ ਪਿੰਡ ਬੋੜਾ ਦੀ ਸਮੂਹ ਸੰਗਤ ਸਾਰੇ ਜਿੰਨੇ ਨੌਜਵਾਨ ਹੈ ਇਹ ਸਾਰੇ 3-4 ਦਿਨ ਤੋਂ ਲੰਗਰ ਦੀ ਸੇਵਾ ਦੇ ਵਿੱਚ ਲੱਗੇ ਹੋਏ ਹਨ। ਜਿੱਥੇ ਜਿੱਥੇ ਵੀ ਕੋਈ ਗਰੀਬ ਮਜ਼ਦੂਰ ਝੁੰਗੀਆਂ ਝੌਂਪੜੀਆਂ ਵਾਲੇ ਹੈ ਬੈਠੇ ਹੈ, ਉਹਨਾਂ ਨੂੰ ਪ੍ਰਸ਼ਾਦਾ ਨਹੀਂ ਮਿਲਦਾ, ਉੱਥੇ ਇਹ ਪਹੁੰਚ ਕਰਦੇ ਹਾਂ ਅਸੀਂ, ਉੱਥੇ ਤੱਕ ਪੇ ਲੰਗਰ ਰੋਜ਼ ਲੈ ਕੇ ਜਾਂਦੇ ਹਾਂ। ਅਤੇ ਹੁਣ ਸਾਡੀ ਇੱਕ ਹੋਰ ਵੀ ਸਕੀਮ ਬਣੀ ਹੈ ਕਿ ਜਿੱਦਾਂ ਕਿ ਇਹ ਸੁੱਕਾ ਇਹ ਰਾਸ਼ਨ ਹੈ ਇਹ ਵੀ ਆਪਾਂ ਹੁਣ ਪਿੰਡ ਦੇ ਵਿੱਚ ਪਹੁੰਚਾਉਣ ਦੀ ਕਿਰਪਾਲਤਾ ਕਰਾਂਗੇ। ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਭਾਈ ਇਹਦੇ ਵਿੱਚ ਹਿੱਸਾ ਪਾਓ, ਜੋ ਇਹ ਨਾ ਮਰਾਦ ਇਹ ਬਿਮਾਰੀ ਸਾਰੇ ਵਰਲਡ ਦੇ ਵਿੱਚ ਸੰਸਾਰ ਦੇ ਵਿੱਚ ਆਈ ਹੈ, ਪਰਮਾਤਮਾ ਚੜ੍ਹਦੀ ਕਲਾ ਰੱਖੇ ਅਤੇ ਸਾਰਿਆਂ 'ਤੇ ਆਪਣਾ ਮਿਹਰ ਭਰਿਆ ਹੱਥ ਰੱਖੇ, ਸਾਡੀ ਤਾਂ ਇਹੀ ਅਰਦਾਸ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਪਹਿਲਕਦਮੀ ਕਰਦੇ ਹੋਏ ਜਲੰਧਰ ਦੇ ਲੈਦਰ ਕੰਪਲੈਕਸ ਵਿਖੇ ਗਰੀਬ ਲੋਕਾਂ ਨੂੰ ਰਾਸ਼ਨ ਵਿਤਰਿਤ ਕੀਤਾ। ਇਸ ਮੌਕੇ DSP ਬਲਕਾਰ ਸਿੰਘ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਆਪਣੇ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ। ਜਿਹੜਾ ਹਿੰਦੁਸਤਾਨ ਲੈਵਲ 'ਤੇ ਜਾਂ ਵਰਲਡ ਲੈਵਲ 'ਤੇ ਕਰੋਨਾ ਦਾ ਜਿਹੜਾ ਫਲੋ ਚੱਲ ਰਿਹਾ ਹੈਗਾ ਉਹਦੇ ਸੰਬੰਧ ਵਿੱਚ ਜਿਹੜਾ ਕਰੀਬ 3 ਹਫ਼ਤੇ ਵਾਸਤੇ ਜਿਹੜਾ ਲੋਕਾਂ ਨੂੰ ਘਰਾਂ ਦੇ ਵਿੱਚ ਤਾਲਾਬੰਦੀ ਸੰਬੰਧੀ ਜਿਹੜਾ ਪ੍ਰਾਈਮ ਮਿਨਿਸਟਰ ਦਾ ਮੈਸੇਜ ਜਾਂ ਸਾਡੇ CM ਸਾਹਿਬ ਦਾ ਮੈਸੇਜ ਹੈ ਔਰ ਬਹੁਤ ਅੱਛਾ ਮੈਸੇਜ ਉਹਨਾਂ ਦਾ ਜਿਹਦੇ ਨਾਲ ਅਸੀਂ ਸਾਰੇ ਲੋਕ ਬਚ ਰਹੇ ਹੈਗੇ ਹਾਂ ਔਰ ਇਸ ਦੇ ਨਾਲ ਨਾਲ ਜਿਹੜਾ ਲੋਕਡਾਊਨ ਦੇ ਦੌਰਾਨ ਜਿਹੜਾ ਇੰਡਸਟਰੀਲਿਸਟ ਹੈਗਾ ਜਿਹੜੇ ਹੈਗੇ ਮਿਸਟਰ ਰੋਮੀ ਜੀ ਔਰ ਅਹਿਮਦ ਤਲਵਾੜ ਜੀ ਇਹ ਇਹਨਾਂ ਨੇ ਬੜਾ ਅੱਛਾ ਉਪਰਾਲਾ ਕੀਤਾ ਹੈਗਾ ਕਿ ਜਿਹੜੇ ਇਹ ਗਰੀਬ ਇਹਨਾਂ ਦੇ ਵਰਕਰਸ ਹੈ ਜਾਂ ਹੋਰ ਆਸ ਪਾਸ ਦੇ ਵਰਕਰਸ ਆ ਉਹਨਾਂ ਨੂੰ ਇਹ ਰਸਦ ਦੇ ਰਹੇ ਆ ਜੋ ਕਰੀਬ ਇਹਨਾਂ ਦਾ 10-15 ਦਿਨ ਇਹਨਾਂ ਦਾ ਖਾਣਾ ਨਹੀਂ ਮੁੱਕਣਾ ਹੈਗਾ ਔਰ ਇਹ ਅੱਗੋਂ ਤੋਂ ਵੀ ਇਹਨਾਂ ਨੇ ਪ੍ਰਣ ਕੀਤਾ ਕਿ ਅਸੀਂ ਹਰ ਡੇਲੀ ਜਿਹੜੇ ਜਿਹੜੇ ਸਾਡੇ ਕੰਟੈਕਟ ਦੇ ਵਿੱਚ ਅਸੀਂ ਉਹਨਾਂ ਦੀ ਸੇਵਾ ਕਰਨੀ ਹੈਗੀ ਹੈ ਔਰ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਸਾਰੀ ਦੁਨੀਆ ਦਾ ਭਲਾ ਹੋਵੇ ਕਿਉਂਕਿ ਜਿਹੜੀਆਂ ਸਾਡੀਆਂ ਡਿਊਟੀਆਂ ਲੱਗੀਆਂ ਪਰਮਾਤਮਾ ਨੇ ਬਖਸ਼ਿਸ਼ਾਂ ਕੀਤੀਆਂ ਉਹ ਅਸੀਂ ਨਿਭਾ ਰਹੇ ਹੈਗੇ ਹਾਂ ਔਰ ਲੋਕਾਂ ਦੇ ਸਹਿਯੋਗ ਨਾਲ ਸਾਨੂੰ ਬਹੁਤ ਅੱਛਾ ਸਹਿਯੋਗ ਹੈ ਔਰ ਸਾਡੀ ਸਰਕਾਰ ਜਿਹੜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਇਹ ਹੁਕਮ ਕੀਤਾ ਦਿੱਤਾ ਕਰਫਿਊ ਦਾ ਉਹ ਵੀ ਬਹੁਤ ਲੋਕ ਉੱਤੇ ਖੁਸ਼ ਹੈ ਔਰ ਐਪਰੀਸ਼ੀਏਟ ਕਰਦੇ ਆ ਔਰ ਕਰਦੇ ਰਹਿਣਗੇ ਕਿ ਇਹ ਇੱਕ ਲੋਕਾਂ ਨੂੰ ਬਚਾਉਣ ਵਾਸਤੇ CM ਸਾਹਿਬ ਨੇ ਜਿਹੜਾ ਔਰਡਰ ਕੀਤਾ ਜਾਰੀ ਇਹ ਬਹੁਤ ਹੀ ਵਧੀਆ ਔਰਡਰ ਆ ਅਸੀਂ ਔਰ ਸਾਰੇ ਅਸੀਂ ਉਹਨੂੰ ਇੰਪਲੀਮੈਂਟ ਵੀ ਕਰਾਵਾਂਗੇ ਔਰ ਲੋਕਾਂ ਨੂੰ ਅਪੀਲ ਕਰਦੇ ਵੀ ਇਹ ਸਹਿਯੋਗ ਦੇਣ ਅਤੇ ਇੰਪਲੀਮੈਂਟ ਕਰਨ ਤਾਂ ਕਿ ਆਪਾਂ ਆਪ ਵੀ ਬਚ ਸਕੀਏ ਅਤੇ ਲੋਕਾਂ ਨੂੰ ਬਚਾ। ਇਸੇ ਤਰ੍ਹਾਂ DSP ਅਮਰਗੜ੍ਹ ਕਰਨਵੀਰ ਸਿੰਘ ਵੱਲੋਂ ਪੁਲਿਸ ਮੁਲਾਜ਼ਮਾਂ ਨਾਲ ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਰਾਸ਼ਨ ਅਤੇ ਖਾਣ ਪੀਣ ਦਾ ਸਮਾਨ ਵੰਡਿਆ ਗਿਆ। ਇਸ ਮੌਕੇ ਉਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਜ਼ਰੂਰਤਮੰਦ ਲੋਕਾਂ ਤੱਕ ਖਾਣ ਪੀਣ ਦਾ ਸਮਾਨ ਪਹੁੰਚਾਉਣ। ਕਰਫਿਊ ਦੇ ਪਹਿਲੇ 1-2 ਦਿਨਾਂ ਦੇ ਵਿੱਚ ਕਾਫੀ ਚੈਲੇਂਜਿੰਗ ਟਾਈਮ ਰਿਹਾ ਪ੍ਰਸ਼ਾਸਨ ਵਾਸਤੇ ਵੀ ਸਰਕਾਰ ਵਾਸਤੇ ਵੀ ਕਿਉਂਕਿ ਇੱਕਦਮ ਜਦੋਂ ਕਰਫਿਊ ਇੰਪਲੀਮੈਂਟ ਕਰਿਆ ਤਾਂ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਆਮ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਪਰ ਹੁਣ ਜਿਵੇਂ ਜਿਵੇਂ ਇਹ ਸਿਚੁਏਸ਼ਨ ਨੂੰ ਹਾਲਾਤ ਨੂੰ ਪ੍ਰਸ਼ਾਸਨ ਸਮਝ ਰਿਹਾ ਆਪਾਂ ਉਸ ਹਿਸਾਬ ਨਾਲ ਰਿਲੈਕਸੇਸ਼ਨਸ ਵੀ ਦਿੱਤੀਆਂ ਗਈਆਂ ਨੇ ਜਿਵੇਂ ਕਿ ਮੈਡੀਸਿਨਸ ਦੇ ਵਿੱਚ ਅਤੇ ਫੂਡਸ ਦੇ ਮਾਮਲੇ ਵਿੱਚ ਖਾਣ ਪੀਣ ਦੇ ਜਿਹੜੀ ਸਪਲਾਈ ਹੋ ਰਹੀ ਹੈ ਉਹ ਸਾਰੇ ਨੂੰ ਹੋਰ ਰਿਲੈਕਸ ਕੀਤਾ ਜਾ ਰਿਹਾ ਫਲਾਂ ਸਬਜ਼ੀਆਂ ਡਰਾਈ ਰਾਸ਼ਨ ਇਹ ਸਾਰਿਆਂ ਦੀ ਸਪਲਾਈ ਜਿਹੜੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਪ੍ਰੋਵਾਈਡ ਕੀਤੀ ਜਾ ਰਹੀ ਹੈ
ਤੇ ਪਰ ਜਿਹੜਾ ਵੱਡਾ ਚੈਲੰਜ ਆ ਉਹ ਇਹ ਹੈ ਵੀ ਲੋੜਵੰਦ ਪਰਿਵਾਰਾਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਵਿੱਚ ਜਿਹੜੀ ਜਿਹੜੇ ਹੈਂਡ ਟੂ ਮਾਊਥ ਨੇ ਡੇਲੀ ਵੇਜ ਤੇ ਲੇਬਰਰਸ ਨੇ ਜਿਨ੍ਹਾਂ ਨੂੰ ਪ੍ਰੋਬਲਮ ਆ ਰਹੀ ਹੈ ਇਹ ਕਾਫੀ ਜ਼ਿਆਦਾ ਵੱਡੀ ਪ੍ਰੋਬਲਮ ਹੈ ਉਹਨਾਂ ਦਾ ਹੱਲ ਕਰਨਾ ਜ਼ਿਆਦਾ ਜ਼ਰੂਰੀ ਹੈ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਸਪੈਸ਼ਲੀ ਸ਼ੋਪਕੀਪਰਸ ਨੂੰ ਦੁਕਾਨਦਾਰਾਂ ਨੂੰ ਗੁਜ਼ਾਰਿਸ਼ ਹੈ ਵੀ ਜਿਨ੍ਹਾਂ ਦੇ ਕੋਲ ਪੈਰੀਸ਼ੇਬਲ ਆਈਟਮਸ ਪਈਆਂ ਨੇ ਖਰਾਬ ਹੋਣ ਵਾਲੀ ਚੀਜ਼ਾਂ ਨੇ ਜਿਹੜੀ ਦੁਕਾਨਾਂ ਦੇ ਉੱਤੇ ਨਹੀਂ ਵਿਕਰੀਆਂ ਬੇਕਰੀਆਂ ਦੇ ਉੱਤੇ ਪੇਸਟਰੀਆਂ ਨੇ ਕੇਕਸ ਨੇ ਜਾਂ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਹੈ ਜਿਹੜੀ ਜੇ ਜ਼ਿਆਦਾ ਟਾਈਮ ਰੱਖੀ ਤਾਂ ਖਰਾਬ ਹੋ ਜੂਗੀ ਖਰਾਬ ਹੋਣ ਨਾਲੋਂ ਬੈਟਰ ਹੈ ਵੀ ਉਹ ਤੁਸੀਂ ਸੰਪਰਕ ਕਰੋ ਪ੍ਰਸ਼ਾਸਨ ਨੂੰ ਅਤੇ ਸੰਪਰਕ ਕਰਕੇ ਵੀ ਉਹ ਆਪਣੀ ਹੈਂਡਓਵਰ ਕਰੋ ਚੀਜ਼ਾਂ ਤਾਂ ਕਿ ਉਹ ਗਰੀਬ ਪਰਿਵਾਰਾਂ ਨੂੰ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਜਾ ਸਕਣ ਬਹੁਤ ਇਹੋ ਜਿਹੇ ਪਰਿਵਾਰ ਨੇ ਬਹੁਤ ਗਰੀਬ ਪਰਿਵਾਰ ਨੇ ਜਿਨ੍ਹਾਂ ਨੂੰ ਜਿਹੜੀ ਆ ਚੀਜ਼ਾਂ ਦਾ ਜਿਹੜਾ ਬਹੁਤ ਧੰਨਵਾਦੀ ਰਹਿਣਗੇ ਜਿਹੜਾ ਸ਼ੁਕਰਗੁਜ਼ਾਰ ਰਹਿਣਗੇ ਇਸ ਚੀਜ਼ਾਂ ਦੇ ਨਾਲ ਕਿਰਪਾ ਇਸ ਨੰਬਰ ਦੇ ਉੱਤੇ ਕੰਟੈਕਟ ਕਰੋ ਇਸ ਨੰਬਰ ਦੇ ਉੱਤੇ ਕੰਟੈਕਟ ਕਰਕੇ ਜੇ ਇਹੋ ਜਿਹੀ ਕੋਈ ਵੀ ਚੀਜ਼ ਹੈ ਤੁਹਾਡੀ ਸ਼ੋਪਸ ਦੇ ਉੱਤੇ ਦੁਕਾਨਾਂ ਦੇ ਉੱਤੇ ਜਿਹੜੀਆਂ ਤੁਸੀਂ ਨਹੀਂ ਖੋਲ੍ਹ ਪਾ ਰਹੇ ਕਰਫਿਊ ਦੇ ਚੱਲਦਿਆਂ ਜਾਂ ਘਰਾਂ ਦੇ ਵਿੱਚ ਜੇ ਇਹੋ ਜਿਹੀ ਚੀਜ਼ ਪਈ ਹੈ ਹੈਵੀ ਕੁਆਂਟਿਟੀ ਦੇ ਵਿੱਚ ਪਈ ਹੈ ਜ਼ਿਆਦਾ ਮਾਤਰਾ ਦੇ ਵਿੱਚ ਪਈ ਹੈ ਤਾਂ ਉਹ ਸਾਨੂੰ ਨੋਟ ਕਰਾਓ ਤਾਂ ਕਿ ਉਹ ਖਰਾਬ ਹੋਣ ਤੋਂ ਪਹਿਲਾਂ ਉਹਨਾਂ ਦਾ ਇੱਕ ਵਧੀਆ ਢੰਗ ਨਾਲ ਉਹਦਾ ਇਸਤੇਮਾਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਏ ਵਿਖੇ ਵੀ ਕਰਫਿਊ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਥਾਣਾ ਮੁਖੀ ਜਸਵਰਿੰਦਰ ਸਿੰਘ ਨੂੰ ਨਾਲ ਲੈ ਕੇ ਸ਼ਹਿਰ ਦੀਆਂ ਵੱਖ ਵੱਖ ਬਸਤੀਆਂ ਵਿੱਚ ਲੋੜਵੰਦਾਂ ਨੂੰ ਲੰਗਰ ਵੰਡਿਆ ਗਿਆ। ਇਸ ਮੌਕੇ SGPC ਮੈਂਬਰਾਂ ਨੇ ਦੱਸਿਆ ਕਿ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਹਨਾਂ ਵੱਲੋਂ ਗਰੀਬਾਂ ਤੇ ਜ਼ਰੂਰਤਮੰਦਾਂ ਨੂੰ ਲੰਗਰ ਵੰਡਿਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਲੌਂਗੋਵਾਲ ਸਾਹਿਬ ਵੱਲੋਂ ਕੋਰੋਨਾ ਵਾਇਰਸ ਦਾ ਜਿਹੜਾ ਆਪਣੇ ਮਹਾਂਮਾਰੀ ਫੈਲੀ ਹੈ ਸਰਕਾਰ ਵੱਲੋਂ ਜਿਹੜਾ ਲਾਇਆ ਗਿਆ ਲੋਕਡਾਊਨ ਕੀਤਾ ਗਿਆ ਕਰਫਿਊ ਲਾਇਆ ਗਿਆ ਉਹਦੀ ਹਮਾਇਤ ਕਰਦੇ ਹੋਏ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਆਉਣਾ ਪਏ ਜਾਂ ਉਹਨੂੰ ਭੁੱਖੇ ਨਾ ਰਹਿਣਾ ਪਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਲਾਲਾਬਾਦ ਤੋਂ ਸਾਡਾ ਫਾਰਮ ਆ ਉੱਥੋਂ ਲੰਗਰ ਪਕਾ ਕੇ ਦਾਲ ਗੁਰੂ ਦਾ ਲੰਗਰ ਚਾਵਲ SHO ਸਾਹਿਬ ਦੇ ਜਿਹੜੇ ਵੀ ਮਹੱਲੇ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਇਹ ਉਸ ਮਹੱਲੇ ਜਾ ਕੇ ਅਸੀਂ ਵੰਡਦੇ ਹਾਂ ਨਾਲ ਇਹਨਾਂ ਦੀ ਰਹਿਨੁਮਾਈ ਦੇ ਨਾਲ ਸਾਰਾ ਜਿਹੜਾ ਅਸੀਂ ਵੰਡਦੇ ਹਾਂ ਕਿਉਂਕਿ ਲੋਕ ਇਕੱਠੇ ਹੋ ਜਾਂਦੇ ਆ ਇਕੱਠੇ ਹੋਣ ਨਾਲ ਜਿਸ ਚੀਜ਼ ਤੋਂ ਸਰਕਾਰ ਰੋਕ ਰਹੀ ਹੈ ਉਹੀ ਲੋਕ ਲੰਗਰ ਲੈਣ ਵੇਲੇ ਇਕੱਠੇ ਹੁੰਦੇ ਅਤੇ ਇਹਨਾਂ ਨੇ ਸਾਡੇ ਨਾਲ ਮਿਹਨਤ ਕਰਕੇ ਦੂਰ ਦੂਰ ਲੋਕਾਂ ਦਾ ਆ ਕੇ ਲੰਗਰ ਦਵਾ ਰਹੇ ਆ ਜਿਹੜਾ ਅੱਗੇ ਵਾਸਤੇ ਵੀ ਜਿੱਥੇ ਜਿੱਥੇ ਸਾਨੂੰ ਇਹ ਕਹਿਣਗੇ ਜਿਹੜੇ ਮਹੱਲੇ ਕਹਿਣਗੇ ਜਿਹਨਾਂ ਲੰਗਰ ਕਹਿਣਗੇ ਲਿਆ ਕੇ ਦਿੱਤਾ ਜਾਊਗਾ। ਇਸੇ ਤਰ੍ਹਾਂ ਤਰਨ ਤਾਰਨ ਤੋਂ ਵੀ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਵਿਧਾਇਕ ਧਰਮਵੀਰ ਅਗਨੀਹੋਤਰੀ ਅਤੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਪਿੰਡਾਂ ਵਿੱਚ ਲੋੜਵੰਦਾਂ ਨੂੰ ਵਰਤਾਉਣ ਲਈ ਰਾਸ਼ਨ ਦਾ ਟਰੱਕ ਰਵਾਨਾ ਕੀਤਾ ਗਿਆ। ਇਸ ਮੌਕੇ ਜਸਵੀਰ ਸਿੰਘ ਡਿੰਪਾ ਨੇ ਆਪਣੇ MP ਲੈਡ ਫੰਡ ਵਿੱਚੋਂ ਮੁੱਖ ਮੰਤਰੀ ਰਾਹਤ ਫੰਡ ਲਈ 50 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਚੀਫ ਐਗਰੀਕਲਚਰ ਅਫਸਰ ਬਹੁਤ ਵਧੀਆ DC ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਕੰਮ ਕਰ ਰਹੇ ਨੇ ਉਹਨਾਂ ਦਾ ਸਾਰਾ ਸਮਾਨ ਜਿਹੜਾ ਸਹੀ ਢੰਗ ਨਾਲ ਵਿਕੇ ਕੋਈ ਵੇਸਟ ਨਾ ਜਾਵੇ ਬਹੁਤ ਸਖਤ ਹਦਾਇਤਾਂ ਦਿੱਤੀਆਂ। ਜਿਹੜੇ ਪੋਲਟਰੀ ਫਾਰਮ ਨੇ ਜਾਂ ਜਿਹੜੇ ਡੇਅਰੀ ਫਾਰਮਰ ਨੇ ਜਿਹੜੇ ਉਹਨਾਂ ਦਾ ਦੁੱਧ ਅਤੇ ਉਹਨਾਂ ਦੀ ਜਿਹੜੀ ਸਬਜ਼ੀ ਆ ਉਹਦੇ ਵੇਚਣ ਦੀ ਬੜੇ ਦਰੁਸਤ ਪ੍ਰਬੰਧ ਕਰਾਏ ਆ ਘਰ ਘਰ ਜਿਹੜੇ ਜਾ ਕੇ ਉਹ ਚੀਜ਼ ਉਹਨਾਂ ਨੂੰ ਸਪਲਾਈ ਕੀਤੀ ਜਾ ਰਹੀ ਉਹਨਾਂ ਦੀ ਖੁਰਾਕ ਵੀ ਉਹਨਾਂ ਨੂੰ ਜੇ ਕੋਈ ਦਵਾਈ ਚਾਹੀਦੀ ਉਹ ਵੀ ਅਤੇ ਉਹਨਾਂ ਦਾ ਜਿਹੜਾ ਪ੍ਰੋਡਕਟ ਆ ਚਾਹੇ ਦੁੱਧ ਆ ਚਾਹੇ ਹੋ ਰਿਹਾ ਉਹ ਵੀ ਹਰ ਆਮ ਆਦਮੀ ਤੱਕ ਪਹੁੰਚੇ ਇੱਥੋਂ ਤੱਕ ਦੇ ਅਸੀਂ ਪ੍ਰਬੰਧ ਕੀਤੇ ਆ। ਮੈਂ ਵੀ ਆਪਣੇ ਵੱਲੋਂ MP ਲੈਂਡ ਫੰਡ 'ਚੋਂ 50 ਲੱਖ ਰੁਪਈਆ CM ਰਿਲੀਫ ਫੰਡ ਦੇ ਵਿੱਚ ਦਿੱਤਾ ਅਤੇ 2 ਲੱਖ ਰੁਪਈਆ ਮੈਂ ਆਪਣੇ ਵੱਲੋਂ ਜਿਹੜਾ ਦਿੱਤਾ ਤੁਸ਼ ਜੀ ਭੇਟ ਨਾਲ ਮੈਂ ਬੇਨਤੀ ਕਰਕੇ ਜਿਹਦੇ ਆਪਣੇ ਸੰਗੀ ਸਾਥੀ ਨੇ ਉਹਨਾਂ ਕੋਲੋਂ ਵੀ ਇਹ ਮਦਦ ਜਿਹੜੀ ਆ ਇਹ ਕਰਵਾ ਰਿਹਾ ਵਾਂ ਅਤੇ ਛੇਤੀ ਹੀ ਅਸੀਂ ਹੁਣ ਇਹ ਜ਼ਿਲ੍ਹਾ ਲੈਵਲ ਦੇ ਉੱਤੇ ਪੈਸੇ ਜ਼ਰੂਰ ਦੇਵਾਂਗੇ। ਸੋ ਮੇਰੀ ਇਹੋ ਤੁਹਾਡੇ ਰਾਹੀਂ ਅਪੀਲ ਆ ਲੋਕਾਂ ਨੂੰ ਕਿ ਪਰਮਾਤਮਾ ਦੇ ਵਾਸਤੇ ਰੱਬ ਦੇ ਵਾਸਤੇ ਆਪਣੇ ਪਰਿਵਾਰ ਦੇ ਵਾਸਤੇ ਆਹ 15 ਦਿਨ ਆਪਣੇ ਘਰਾਂ ਵਿੱਚ ਜਿਹੜਾ ਵਾ ਸੌਂ ਜਾਓ ਜੇ ਆਇਆ 15 ਦਿਨ ਤੁਸੀਂ ਨਾ ਸੁੱਤੇ ਤਾਂ ਸਦਾ ਲਈ ਸੌਂ ਜਾਓਗੇ। ਇਸੇ ਤਰ੍ਹਾਂ ਪਿੰਡ ਮਹਿਲ ਕਲਾਂ ਸੋਢੇ ਵਿਖੇ ਵੀ ਗ੍ਰਾਮ ਪੰਚਾਇਤ ਵੱਲੋਂ 1000 ਦੇ ਕਰੀਬ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਰਪੰਚ ਰਾਜਵਿੰਦਰ ਕੌਰ ਨੇ ਸਾਰਿਆਂ ਨੂੰ ਇਸ ਮੁਸ਼ਕਲ ਦੀ ਘੜੀ ਵਿੱਚ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਹ ਜਿੰਨਾ ਵੀ ਆਪਣੇ ਕਰੋਨਾ ਵਾਇਰਸ ਸਾਰੀ ਦੁਨੀਆ ਦੇ ਵਿੱਚ ਆ ਗਿਆ ਉਹਦੇ ਕਾਰਨ ਕਲਫੂ ਲੱਗ ਗਿਆ, ਜਿੰਨੇ ਵੀ ਮੇਰੇ ਦੋਨੇ ਪਿੰਡਾਂ ਦੇ ਗਰੀਬ ਲੋਕ ਆ ਕਸਬਾ ਇੱਥੇ ਇਹ ਕਸਬੇ ਦੇ ਵਿੱਚ ਕੋਈ ਵੀ ਕੰਮ ਨਹੀਂ ਚੱਲਦਾ, ਕਲਫੂ ਲੱਗਿਆ ਹੋਇਆ, ਸਾਰੇ ਲੋਕ ਆਪਦੇ ਘਰੋਂ ਘਰ ਹੀ ਬੈਠੇ ਹਨ। ਬਾਕੀ ਇੱਥੇ ਕੋਈ ਵੀ ਤਰ੍ਹਾਂ ਦੀ ਕੋਈ ਫੈਕਟਰੀ ਨਹੀਂ, ਕਿਤੇ ਵੀ ਕੋਈ ਅੰਦਰ ਵੜ ਕੇ ਕੋਈ ਕੰਮ ਨਹੀਂ ਕਰ ਰਿਹਾ, ਉਹਦੇ ਕਾਰਨ ਹਰੇਕ ਪਰਿਵਾਰ ਕੋਲ ਰਾਸ਼ਨ ਦੀ ਪ੍ਰੋਬਲਮ ਆ। ਇਹ ਅਸੀਂ ਆਪਦੇ ਪਰਿਵਾਰ 'ਚ ਆਪਦੀ ਮਾਤਾ ਜੀ ਨਾਲ ਆਪਦੇ ਭਰਾ ਨਾਲ ਆਪਦੇ ਜਿੰਨੇ ਅਸੀਂ ਪਰਿਵਾਰ ਦੇ ਜੀ ਆ
ਤੇ ਪੰਚਾਇਤ ਦੇ ਮੈਂਬਰਾਂ ਨਾਲ ਅਸੀਂ ਬੈਠ ਕੇ ਪਰਿਵਾਰ ਵਾਂਗੂ ਸਲਾਹ ਕਰੀ ਵੀ ਕਿੰਨਾ ਖਰਚ ਆਜੂਗਾ ਜੀ ਇਸ ਜਿਹੜਾ ਤੁਹਾਡਾ ਰਾਸ਼ਨ ਵੰਡਣ 'ਤੇ ਜਿਹੜਾ 1000 ਪਰਿਵਾਰਾਂ ਨੂੰ ਰਾਸ਼ਨ ਵੰਡ ਰਹੇ ਹੋ? ਇਹ ਤਾਂ ਘੱਟ ਤੋਂ ਘੱਟ ਅਸੀਂ ਇਹ ਸੋਚਿਆ ਆਪਦੇ ਪਰਿਵਾਰ ਵੱਲੋਂ 4 to 5 lakh ਰੁਪਈਏ ਤੱਕ ਸਾਡਾ ਪਰਿਵਾਰ ਦਾ ਮਾਣਾ ਵੀ ਅਸੀਂ ਇੱਥੇ ਤੱਕ ਖਰਚਾ ਕਰਾਂਗੇ। ਬਾਕੀ ਜੇ ਕੋਈ ਉਦੋਂ ਉੱਤੇ ਕੋਈ ਲੋੜ ਪਊਗੀ, ਹੋਰ ਵੀ ਕੋਈ ਲੋੜ ਪਊ ਉੱਥੇ ਵੀ ਕਰਾਂਗੇ। ਇਸ ਤੋਂ ਇਲਾਵਾ ਸੰਗਤ ਮੰਡੀ ਦੇ ਪਿੰਡ ਘੁੱਦਾ ਵਿਖੇ ਵੀ ਪਿੰਡ ਦੀ ਸਰਪੰਚ ਸੀਮਾ ਰਾਣੀ ਦੀ ਅਗਵਾਈ ਵਿੱਚ ਕਰਫਿਊ ਦੌਰਾਨ ਆਪਣੇ ਘਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਹਰੀਆਂ ਸਬਜ਼ੀਆਂ ਦੇ ਪੈਕਟ ਬਣਾ ਕੇ ਵੰਡੇ ਗਏ। ਇਸ ਮੌਕੇ ਸਰਪੰਚ ਸੀਮਾ ਰਾਣੀ ਨੇ ਕਿਹਾ ਕਿ ਸਬਜ਼ੀਆਂ ਵੇਚਣ ਵਾਲੇ ਮਨਮਰਜ਼ੀ ਦੇ ਰੇਟ ਲੋਕਾਂ ਤੋਂ ਵਸੂਲ ਰਹੇ ਹਨ, ਜਿਸ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਲੋਕਾਂ ਨੂੰ ਘਰਾਂ ਅੰਦਰ ਸਬਜ਼ੀਆਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਾਡੇ ਕੋਲ ਸਬਜ਼ੀ ਬਾਰੇ ਕਾਫ਼ੀ ਸ਼ਿਕਾਇਤਾਂ ਆਈਆਂ ਸਨ ਵੀ ਸਬਜ਼ੀ ਮਹਿੰਗੇ ਰੇਟ 'ਤੇ ਮਿਲ ਰਹੀ ਹੈ, ਕਾਲਾਬਾਜ਼ਾਰੀ ਹੋ ਰਹੀ ਹੈ। ਇਸ ਲਈ ਅਸੀਂ ਆਪਦੇ ਕੋਲੋਂ ਸਬਜ਼ੀ ਲਿਆ ਕੇ ਲੋਕਾਂ ਨੂੰ ਉਪਲਬਧ ਕਰਵਾਈ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਸਹੀ ਰੇਟ 'ਤੇ ਅਤੇ ਹਰੀ ਸਬਜ਼ੀ ਮਿਲ ਸਕੇ। ਅਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਲੋਕ ਸਾਰੇ ਆਪਦੇ ਘਰਾਂ ਵਿੱਚ ਰਹਿਣ, ਜੇ ਉਹਨਾਂ ਨੂੰ ਕੋਈ ਵੀ ਸਮੱਸਿਆ ਆਈ ਤਾਂ ਸਾਨੂੰ ਦੱਸਣ, ਫੋਨ 'ਤੇ ਦੱਸਣ। ਕੋਈ ਵੀ ਚੀਜ਼ ਦੀ ਲੋੜ ਹੈ ਅਸੀਂ ਉਹਨਾਂ ਨੂੰ ਘਰ ਤੱਕ ਦੇਖ ਲਵਾਂਗੇ ਅਤੇ ਉਹ ਬਾਹਰ ਨਾ ਨਿਕਲਣ। ਇਹੀ ਅਪੀਲ ਅਸੀਂ ਸਾਰੇ ਹੋਰ ਲੋਕ ਪੰਚਾਇਤਾਂ ਨੂੰ ਵੀ ਕਰਦੇ ਹਾਂ ਕਿ ਉਹ ਆਪਣੇ ਆਪਣੇ ਪਿੰਡਾਂ ਵਿੱਚ ਇਸ ਤਰ੍ਹਾਂ ਦਾ ਉਪਰਾਲਾ ਕਰਨ ਤਾਂ ਕਿ ਸਾਰੇ ਲੋਕ ਅੰਦਰ ਰਹਿਣ, ਬਾਹਰ ਨਾ ਆਉਣ, ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਣ। ਇਹ ਸੀ ਪੰਜਾਬ ਦੀਆਂ ਵੱਖ ਵੱਖ ਥਾਵਾਂ ਤੋਂ ਅਜੀਤ ਦੇ ਪੱਤਰਕਾਰਾਂ ਦੀ ਖਾਸ ਰਿਪੋਰਟ। ਵਧੇਰੇ ਖਬਰਾਂ ਲਈ ਦੇਖਦੇ ਰਹੋ ਅਜੀਤ ਵੈੱਬ ਟੀਵੀ।